ਹੈਲੋ ਸਟੂਡੈਂਟਸ, ਸੈਵਨਥ ਕਲਾਸ ਦੇ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਦਾ ਮੇਰੀ ਕਲਾਸ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਕਰਾਂਗੇ ਐਕਸਰਸਾਈਜ਼ 2.5। 2.5 ਜਿਹੜੀ ਐਕਸਰਸਾਈਜ਼ ਹੈ, ਇਹਦਾ ਪਹਿਲਾ ਕੁਐਸਚਨ ਸਾਡੇ ਕੋਲ ਹੈਗਾ, ਵਿਚ ਇਜ਼ ਗ੍ਰੇਟਰ ਡੈਸੀਮਲ ਨੰਬਰ, ਕਿਹੜੀ ਦਸ਼ਮਲਵ ਸੰਖਿਆ ਵੱਡੀ ਹੈ। ਇਹ ਸਾਨੂੰ ਸੰਖਿਆਵਾਂ ਦਿੱਤੀਆਂ, ਅਸੀਂ ਇਹਨਾਂ 'ਚੋਂ ਇਹ ਦੱਸਣਾ ਵੀ ਇਹਨਾਂ 'ਚੋਂ ਵੱਡੀ ਕਿਹੜੀ ਹੈ। ਸਭ ਤੋਂ ਪਹਿਲਾਂ ਜਦੋਂ ਅਸੀਂ ਕੰਪੈਰੀਜ਼ਨ ਕਰਨਾ, ਸਾਡੇ ਕੋਲ ਇਹਦਾ ਇੱਕ ਤਾਂ ਲੈਫਟ ਹੈਂਡ ਸਾਈਡ ਹੈ, ਇੱਕ ਇਹਦੀ ਰਾਈਟ ਹੈਂਡ ਸਾਈਡ ਹੈ। ਰਾਈਟ ਹੈਂਡ ਸਾਈਡ 'ਤੇ ਅਸੀਂ ਦੇਖਣਾ ਇਹਦੇ ਵਿੱਚ ਨੰਬਰ ਜਿਹੜੇ ਆ ਨਾ, ਉਹਨਾਂ ਦੀ ਕਾਊਂਟਿੰਗ ਇਕੁਅਲ ਹੋਣੀ ਚਾਹੀਦੀ ਹੈ। ਜੇ ਤਾਂ ਜਿੱਦਾਂ ਹੁਣ ਇੱਥੇ ਇੱਕ 9 ਹੈ ਅਤੇ ਇੱਧਰ 4 ਹੈ, ਇਹ ਤਾਂ ਬਰਾਬਰ ਹੈ, ਇੱਥੇ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਹੈ ਨਾ। ਪਰ ਜਿੱਥੇ ਬਰਾਬਰ ਨਹੀਂ ਹੋਣਗੇ ਉੱਥੇ ਅਸੀਂ ਬਰਾਬਰ ਕਰਨਾ ਹੈ, ਠੀਕ। ਚਲੋ ਪਹਿਲਾਂ ਅਸੀਂ ਇਹ ਪਹਿਲਾ ਸਵਾਲ ਦੇਖਦੇ ਹਾਂ। ਇੱਧਰ ਤਾਂ 0-0 ਦੋਨਾਂ ਦੇ ਪੁਆਇੰਟ ਤੋਂ ਬਾਅਦ, ਇੱਧਰ 9 ਹੈ, ਇੱਧਰ 4 ਹੈ, ਇੱਧਰ 9 ਹੈ, ਇੱਧਰ 4 ਹੈ, ਤਾਂ ਫਿਰ ਕਿਹੜਾ ਵੱਡਾ ਹੋਇਆ? ਇਹੀ ਵੱਡਾ ਹੋਇਆ। ਆਨਸਰ ਸਾਡਾ ਕੀ ਆਉਣਾ? 0.9 ਵੱਡੀ ਸੰਖਿਆ, ਠੀਕ ਹੈ। 0.9 ਇਜ਼ ਗ੍ਰੇਟਰ ਗ੍ਰੇਟਰ ਨੰਬਰ, ਠੀਕ ਹੈ। ਹੁਣ ਦੂਸਰੇ ਕੁਸ਼ਚਨ 'ਤੇ ਆ ਜਾਈਏ ਅਸੀਂ। ਦੂਸਰੇ ਦੇ ਵਿੱਚ ਦੇਖੋ, ਲੈਫਟ ਹੈਂਡ ਸਾਈਡ 'ਤੇ ਸਾਡੇ ਕੋਲ ਕੀ ਹੈ? ਇੱਧਰ 1 ਹੈ ਅਤੇ ਇੱਧਰ 1 ਹੈ, ਇਕੁਅਲ ਹੋ ਗਏ। ਚਲੋ ਹੁਣ ਡੈਸੀਮਲ ਦੇ ਇੱਧਰ ਆਈਏ, ਇੱਧਰ 3 ਹੈ, ਇੱਧਰ 3 ਹੈ, ਇਕੁਅਲ ਹੈ। ਇੱਥੇ 5 ਹੈ, ਇੱਥੇ 7 ਹੈ, 7 ਬਿੱਗ ਹੋਏਗਾ ਨਾ, 7 ਬੜਾ ਹੋਏਗਾ। 7 ਜਿਹੜਾ ਹੁਣ ਇਹ ਸਾਡੇ ਕੋਲ ਵੱਡੀ ਸੰਖਿਆ ਆ ਗਈ, ਤਾਂ ਅਸੀਂ ਫਿਰ ਕੀ ਲਿਖਾਂਗੇ? ਇਹ ਸੰਖਿਆ ਵੱਡੀ ਹੈ, ਅਸੀਂ ਲਿਖਾਂਗੇ 1.37 ਵੱਡੀ ਸੰਖਿਆ ਹੈ। ਵਨ ਡੈਸੀਮਲ 3.7 ਇਜ਼ ਗ੍ਰੇਟਰ ਨੰਬਰ, ਠੀਕ ਹੈ। ਨੈਕਸਟ ਆ ਜਾਓ ਥਰਡ ਪਾਰਟ 'ਤੇ। ਇਹ ਹੈਗਾ ਸਾਡੇ ਕੋਲ 10.10, ਠੀਕ ਹੈ, ਅਤੇ ਦੂਸਰਾ ਹੈਗਾ 10.01, ਠੀਕ ਹੈ। ਹੁਣ ਲੈਫਟ ਹੈਂਡ ਸਾਈਡ 'ਤੇ ਤਾਂ ਦੋਨੇ ਦੇਖੋ, ਦੋਨੇ ਨੰਬਰ ਇਕੁਅਲ ਹੈਗੇ ਆ, 10-10, ਠੀਕ ਹੈ। ਡੈਸੀਮਲ ਤੋਂ ਬਾਅਦ ਆਈਏ ਤਾਂ ਇੱਥੇ 1 ਹੈ ਅਤੇ ਇੱਧਰ 0 ਹੈ, ਸਾਨੂੰ ਇੱਥੇ ਪਤਾ ਲੱਗ ਗਿਆ ਕਿ ਇਹ ਵੱਡੀ ਹੈ, ਠੀਕ ਹੈ। ਤਾਂ ਅਸੀਂ ਲਿਖ ਦਾਂਗੇ 10.10 ਵੱਡੀ ਸੰਖਿਆ ਹੈ। ਟੈਨ ਡੈਸੀਮਲ 10 ਇਜ਼ ਗ੍ਰੇਟਰ ਨੰਬਰ, ਫੋਰਥ ਪਾਰਟ 'ਤੇ ਆ ਜਾਈਏ। ਫੋਰਥ ਪਾਰਟ ਵਿੱਚ ਸਾਡੇ ਕੋਲ ਹੈਗਾ 1735.101, 1735.101, ਔਰ 1734.101, 1734.101। ਹੁਣ ਇੱਧਰ ਦੇਖੋ ਸਾਡੇ ਕੋਲ 4 ਹੀ ਨੰਬਰ ਹੈ, ਇਹਦੇ ਵੀ 4 ਹੀ ਨੰਬਰ ਹੈ, ਤਾਂ ਅਸੀਂ ਇੱਥੋਂ ਇਹਨਾਂ ਦੀ ਕੰਪੈਰੀਜ਼ਨ ਸ਼ੁਰੂ ਕਰ ਦਿੰਦੇ ਹਾਂ। 1 ਅਤੇ 1 ਬਰਾਬਰ ਹੋ ਗਿਆ, 7 ਅਤੇ 7 ਬਰਾਬਰ ਹੈ, 3 ਅਤੇ 3 ਬਰਾਬਰ ਹੈ। ਹੁਣ ਇੱਥੇ 5 ਹੈ, ਇੱਥੇ 4 ਹੈ, ਇੱਥੇ ਗੱਲ ਮੁੱਕ ਗਈ ਕਿ ਇਹ ਵੱਡਾ ਹੈ, ਠੀਕ ਹੈ। ਤਾਂ ਅਸੀਂ ਲਿਖ ਦਾਂਗੇ ਆਨਸਰ ਸਾਡਾ ਕੀ ਰਹਿਣਾ, 1735.101 ਵੱਡੀ ਸੰਖਿਆ ਹੈ। 1735.101 ਇਜ਼ ਗ੍ਰੇਟਰ ਨੰਬਰ, ਫਿਫਥ ਪਾਰਟ ਸਾਡੇ ਕੋਲ ਹੈਗਾ। ਹੁਣ ਦੇਖੋ 0.8 and 0.88। ਹੁਣ ਸਭ ਤੋਂ ਪਹਿਲਾਂ ਬੇਸ਼ੱਕ ਤੁਹਾਨੂੰ ਲੱਗਦਾ ਕਿ ਇੱਧਰ 8-8 ਹੈ, ਵੱਡਾ ਹੈ, ਪਹਿਲਾਂ ਅਸੀਂ ਇਹਦੇ ਨੰਬਰ ਜਿਹੜੇ ਇਕੁਅਲ ਕਰਨੇ ਆ, ਜਿਹੜੇ ਲਾਸਟ 'ਤੇ ਸਾਡੇ ਨੰਬਰ ਹੈ, ਇੱਥੇ ਸਿੰਗਲ ਨੰਬਰ ਹੈ, ਇੱਥੇ ਡਬਲ ਨੰਬਰ, ਡਬਲ ਡਿਜਿਟ ਹੈ, ਇੱਥੇ ਸਿੰਗਲ ਡਿਜਿਟ ਹੈ, ਠੀਕ ਹੈ। ਅਸੀਂ ਇਹਦੇ ਡਿਜਿਟ ਇਕੁਅਲ ਕਰਨੇ ਹਾਂ। ਡਿਜਿਟ ਇਕੁਅਲ ਕਰਨ ਲਈ ਅਸੀਂ 0 ਲਗਾਉਂਦੇ ਹਾਂ, ਡੈਸੀਮਲ ਦੇ ਪਿੱਛੇ ਅਸੀਂ, ਇੱਥੇ ਅਸੀਂ ਕਿੰਨੀਆਂ ਵੀ 0 ਲਗਾ ਸਕਦੇ ਹਾਂ। ਇਹ ਹੁਣ ਸਾਡੇ ਕੋਲ ਹੋ ਗਿਆ 80, 80, ਇਹ 88 ਹੋ ਗਿਆ, ਇਹ ਵੱਡਾ ਹੈ, ਠੀਕ ਹੈ। ਅਸੀਂ ਲਿਖਾਂਗੇ 0.88 ਵੱਡੀ ਸੰਖਿਆ ਹੈ। 1 ਇਜ਼ ਗ੍ਰੇਟਰ ਨੰਬਰ। ਹੁਣ ਸਾਡਾ ਪਹਿਲਾ ਕੁਸ਼ਚਨ ਜਿਹੜਾ ਕੰਪਲੀਟ ਹੋ ਗਿਆ। ਦੂਸਰਾ ਕੁਸ਼ਚਨ ਦੇਖੋ, ਦੂਸਰਾ ਹੈਗਾ, ਰਾਈਟ ਦਾ ਫੋਲੋਇੰਗ ਡੈਸੀਮਲ ਨੰਬਰ ਇਨ ਐਕਸਪੈਂਡਿਡ ਫੋਰਮ, ਐਕਸਪੈਂਡਿਡ ਫੋਰਮ 'ਚ ਲਿਖਣਾ, ਇਹਨਾਂ ਨੂੰ ਵਿਸਤ੍ਰਿਤ ਰੂਪ ਵਿੱਚ ਲਿਖਣਾ। ਹੇਠ ਲਿਖੀਆਂ ਦਸ਼ਮਲਵ ਸੰਖਿਆਵਾਂ ਨੂੰ ਵਿਸਤ੍ਰਿਤ ਰੂਪ ਵਿੱਚ ਲਿਖੋ। ਵਿਸਤ੍ਰਿਤ ਰੂਪ ਕੀ ਹੁੰਦਾ? ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ
ਇਹ ਮੈਂ ਲਿਖਿਆ 735। ਠੀਕ ਹੈ, ਇਹਨੂੰ ਅਸੀਂ ਕਿੱਦਾਂ ਮਤਲਬ 700 ਪਲੱਸ 35 ਪਲੱਸ 5, ਠੀਕ ਹੈ, 700 ਮਤਲਬ ਜੇ ਇਹ ਵਨਸ ਪਲੇਸ 'ਤੇ, ਟੈਨਸ ਪਲੇਸ 'ਤੇ, ਹੰਡਰਡਸ ਪਲੇਸ 'ਤੇ ਆ, ਇਕਾਈ ਦਹਾਈ ਸੈਂਕੜਾ, ਇਹਨੂੰ 100 ਨਾਲ ਗੁਣਾ ਹੋਈ ਹੈ, 7 ਗੁਣਾ 100, ਇਹਨੂੰ 10 ਨਾਲ ਗੁਣਾ ਹੋਈ ਹੈ ਕਿਉਂਕਿ ਦਹਾਈ ਦੇ ਸਥਾਨ 'ਤੇ ਆ, ਜਿਹੜਾ ਇਕਾਈ ਦੇ ਸਥਾਨ 'ਤੇ ਉਹਨੂੰ 1 ਨਾਲ ਗੁਣਾ ਹੁੰਦੀ, ਇਹ ਹੁੰਦੀ ਐਕਸਪੈਂਡਡ ਫੋਰਮ। ਠੀਕ ਹੈ, ਪਹਿਲਾਂ ਅਸੀਂ ਇੱਦਾਂ ਲਿਖਣਾ, ਫਿਰ ਅਸੀਂ ਇੱਥੇ ਆਉਣਾ। ਠੀਕ ਹੈ, ਹੁਣ ਇੱਥੇ ਸਾਡੇ ਕੋਲ ਡੈਸੀਮਲ ਵਾਲੇ ਵੀ ਹੈਗੇ ਆ, ਇਸ ਕਰਕੇ ਦੇਖਣਾ ਧਿਆਨ ਨਾਲ। ਸਭ ਤੋਂ ਪਹਿਲਾਂ ਸਾਡੇ ਕੋਲ ਹੈਗਾ 40 ਡੈਸੀਮਲ 3 8। 40 ਜਿਹੜਾ ਦਹਾਈ ਦੇ ਸਥਾਨ 'ਤੇ ਆ, ਟੈਨਸ ਪਲੇਸ 'ਤੇ ਆ, ਵਨਸ ਐਂਡ ਟੈਨਸ, ਇਹਨੂੰ 10 ਨਾਲ ਮਲਟੀਪਲਾਈ ਕਰਨਾ, ਜਿੰਨੀ ਪਲੇਸ ਹੈ ਉਨੇ ਨਾਲ ਮਲਟੀਪਲਾਈ ਕਰ ਦੇਣਾ। ਠੀਕ ਹੈ, ਪਲੱਸ 0 ਵਨਸ ਪਲੇਸ 'ਤੇ ਆ, 0 ਨੂੰ 1 ਨਾਲ ਮਲਟੀਪਲਾਈ ਕਰਤਾ, ਪਲੱਸ ਹੁਣ ਡੈਸੀਮਲ, ਡੈਸੀਮਲ ਤੋਂ ਬਾਅਦ ਜਿਹੜੇ ਨੰਬਰ ਹੁੰਦੇ ਆ ਨਾ, ਪਹਿਲਾ 10th ਪਲੇਸ ਹੁੰਦਾ, ਦੂਸਰਾ 100th ਪਲੇਸ ਹੁੰਦਾ, ਤੀਸਰਾ ਫਿਰ 1000th ਪਲੇਸ ਹੁੰਦਾ, ਇਸ ਤਰ੍ਹਾਂ ਹੁੰਦੀ ਹੈ। ਠੀਕ ਹੈ, ਸੋ ਇਹ ਹੋ ਜਾਣਾ 3 ਮਲਟੀਪਲਾਈ ਬਾਈ 1/10, 10th ਪਲੇਸ ਹੈ ਇਹ। ਨੈਕਸਟ ਸਾਡੇ ਕੋਲ 8 ਹੈ, 8 ਜਿਹੜਾ 100th ਪਲੇਸ 'ਤੇ ਆ, 8 ਮਲਟੀਪਲਾਈ 1/100। ਠੀਕ ਹੈ, ਇੱਦਾਂ ਲਿਖ ਕੇ ਫਿਰ ਇਹਨੂੰ ਤੁਸੀਂ ਲਿਖ ਦਿਓ, 4 ਨੂੰ 10 ਨਾਲ ਗੁਣਾ ਹੋਈ 40, ਪਲੱਸ 0 ਸਾਨੂੰ ਲਿਖਣ ਦੀ ਜ਼ਰੂਰਤ ਨਹੀਂ, ਪਲੱਸ ਫਿਰ ਕੀ ਹੋ ਜਾਣਾ 3/10 ਪਲੱਸ 8/100, ਇਹਦਾ ਐਕਸਪੈਂਡਡ ਫੋਰਮ ਹੋ ਗਈ। ਠੀਕ ਹੈ, ਹੁਣ ਆ ਜਾਈਏ ਅਸੀਂ ਇੱਥੇ, ਇੱਥੇ ਸਾਡੇ ਕੋਲ 4 ਹੈ, 4 ਵਨਸ ਪਲੇਸ 'ਤੇ ਆ, ਇਹਦਾ ਮਤਲਬ ਅਸੀਂ 4 ਨੂੰ 1 ਨਾਲ ਮਲਟੀਪਲਾਈ ਕਰਨਾ, ਪਲੱਸ 0 10th ਪਲੇਸ 'ਤੇ ਆ, ਅਤੇ 0 ਮਲਟੀਪਲਾਈ ਬਾਈ 1/10, ਪਲੱਸ 300th ਪਲੇਸ 'ਤੇ ਆ, ਅਤੇ 3 ਮਲਟੀਪਲਾਈ ਬਾਈ 1/100, ਪਲੱਸ 8 ਜਿਹੜਾ 1000th ਪਲੇਸ 'ਤੇ ਆ, ਤਾਂ 8 ਮਲਟੀਪਲਾਈ ਬਾਈ 1/1000। ਇਹਨੂੰ ਹੁਣ ਅਸੀਂ ਕਿੱਦਾਂ ਲਿਖ ਲਾਂਗੇ, ਪਹਿਲਾਂ ਸਾਡੇ ਕੋਲ ਆ ਗਿਆ 4 ਪਲੱਸ 0 ਵਾਲਾ 0 ਹੀ ਹੋ ਜਾਣਾ। ਠੀਕ ਹੈ, ਇਹ ਤਾਂ 0 ਹੋ ਗਿਆ, ਉਹਨੂੰ ਲਿਖਣ ਦੀ ਜ਼ਰੂਰਤ ਹੀ ਨਹੀਂ ਹੈਗੀ, ਸਾਨੂੰ 0 ਦੀ ਇਹਦੇ ਨਾਲ ਗੁਣਾ ਹੋਣੀ, ਜਿਸ ਲਈ ਇਹ ਤਾਂ 0 ਹੋ ਜਾਣਾ ਹੈ। ਇਹ ਆ ਗਿਆ ਸਾਡੇ ਕੋਲ 3/100 ਪਲੱਸ 8 1 8, 8/100, 8/1000 ਆਇਆ ਹੈ। ਠੀਕ ਹੈ, ਇਹਦਾ ਵਿਸਤ੍ਰਿਤ ਰੂਪ ਹੋ ਗਿਆ। ਹੁਣ ਨੈਕਸਟ ਆ ਜਾਈਏ ਅਸੀਂ ਥਰਡ ਪਾਰਟ 'ਤੇ। ਥਰਡ ਪਾਰਟ ਦੇ ਵਿੱਚ ਇੱਧਰ ਪਹਿਲਾਂ 0 ਆ, ਠੀਕ ਹੈ, 0 ਤੋਂ ਅਸੀਂ ਲਿਖਦੇ ਨਹੀਂ, ਫਿਰ 0 ਰਹਿਣ ਦਿੰਦੇ ਹਾਂ। ਡੈਸੀਮਲ ਤੋਂ ਬਾਅਦ ਕੀ ਹੈ ਸਾਡੇ ਕੋਲ, 4 ਜਿਹੜਾ 10th ਪਲੇਸ 'ਤੇ ਹੈ, 4 ਮਲਟੀਪਲਾਈ ਬਾਈ 1/10 ਪਲੱਸ 0 ਮਲਟੀਪਲਾਈ ਬਾਈ 1/100, 0 ਜਿਹੜੀ ਹੈ 100th ਪਲੇਸ 'ਤੇ ਹੈ, ਪਲੱਸ 3 ਮਲਟੀਪਲਾਈ ਬਾਈ 1/1000 ਜੇ 1000th ਪਲੇਸ 'ਤੇ ਆ, 8 ਜਿਹੜਾ 10000th ਪਲੇਸ 'ਤੇ ਆ, ਠੀਕ ਹੈ, ਇਹਨੂੰ ਹੁਣ ਅਸੀਂ ਕਿੱਦਾਂ ਲਿਖ ਲਾਂਗੇ, 4/10 ਪਲੱਸ, ਇਹ 0 ਵਾਲਾ ਛੱਡ ਦਿਓ, ਠੀਕ ਹੈ, ਪਲੱਸ 3/1000 ਪਲੱਸ 8/10000, ਇਹਦਾ ਵਿਸਤ੍ਰਿਤ ਰੂਪ ਇਹ ਹੋ ਗਿਆ। ਠੀਕ ਹੈ, ਹੁਣ ਅਸੀਂ ਫੋਰਥ ਪਾਰਟ 'ਤੇ ਆ ਜਾਈਏ। ਫੋਰਥ ਪਾਰਟ ਸਾਡੇ ਕੋਲ ਹੈਗਾ 4.38। ਠੀਕ ਹੈ, 4 ਤਾਂ ਸਿੰਗਲ ਹੈ, 4 ਨੂੰ ਅਸੀਂ 1 ਨਾਲ ਮਲਟੀਪਲਾਈ ਕਰਨਾ, ਪਲੱਸ 3 ਜਿਹੜਾ 10th ਪਲੇਸ 'ਤੇ ਆ, ਤਾਂ ਅਸੀਂ 3 ਮਲਟੀਪਲਾਈ ਬਾਈ 1/10, 8 ਜਿਹੜਾ 100th ਪਲੇਸ 'ਤੇ ਆ, 8 ਮਲਟੀਪਲਾਈ ਬਾਈ 1/100, ਇਹ ਹੁਣ ਕੀ ਹੋ ਜਾਏਗਾ ਸਾਡੇ ਕੋਲ, 4 ਪਲੱਸ 3/10 ਪਲੱਸ 8/100, ਇਹ ਸਾਡਾ ਸੈਕਿੰਡ ਕੁਸ਼ਚਨ ਜਿਹੜਾ ਕੰਪਲੀਟ ਹੋ ਗਿਆ। ਹੁਣ ਅਸੀਂ ਥਰਡ ਕੁਸ਼ਚਨ ਕਰ ਲਈਏ। ਥਰਡ ਕੁਸ਼ਚਨ ਦੇਖੋ, ਰਾਈਟ ਦਾ ਪਲੇਸ ਵੈਲਿਊ ਆਫ 5 ਇਨ ਦਾ ਫੋਲੋਇੰਗ ਡੈਸੀਮਲ ਨੰਬਰਸ। ਠੀਕ ਹੈ, ਹੇਠ ਲਿਖੀਆਂ ਦਸ਼ਮਲਵ ਸੰਖਿਆਵਾਂ ਵਿੱਚ 5 ਦਾ ਸਥਾਨਕ ਮੁੱਲ ਲਿਖੋ। ਸਥਾਨਕ ਮੁੱਲ, ਸਥਾਨਕ ਮੁੱਲ ਜਿਹੜੇ ਸਥਾਨ 'ਤੇ ਜਿਹੜਾ ਡਿਜਿਟ ਪਿਆ ਉਹਦਾ ਵੱਖਰਾ ਹੀ ਕੀਮਤ ਹੁੰਦੀ ਹੈ, ਜਿਸ ਤਰ੍ਹਾਂ ਅਸੀਂ ਹੁਣੇ ਇੱਥੇ ਕਰਕੇ ਹਟੇ ਹਾਂ ਨਾ, 4 ਜਿਹੜਾ ਜਦੋਂ 10th ਪਲੇਸ 'ਤੇ ਸੀਗਾ ਤਾਂ 4 ਨੂੰ 10 ਨਾਲ ਮਲਟੀਪਲਾਈ ਹੋਈ, ਅਤੇ ਇਹਦੀ ਵੈਲਿਊ 40 ਸੀਗੀ ਇੱਥੇ। ਠੀਕ ਹੈ, ਆਪਣੀ ਜਗ੍ਹਾ 'ਤੇ ਮੁੱਲ ਹੁੰਦਾ, ਜਿਹੜੀ ਜਗ੍ਹਾ 'ਤੇ ਜਿਹੜਾ ਡਿਜਿਟ ਬੈਠਾ ਉਸ ਜਗ੍ਹਾ ਦਾ ਉਹਦਾ ਮੁੱਲ ਹੁੰਦਾ, ਉਹਨੂੰ ਅਸੀਂ ਸਥਾਨਕ ਮੁੱਲ ਬੋਲਦੇ ਹਾਂ, ਉਸ ਪਲੇਸ ਦੀ ਉਹਦੀ ਵੈਲਿਊ ਹੁੰਦੀ ਹੈ। ਹੁਣ ਇੱਥੇ ਦੇਖੋ ਸਾਡੇ ਕੋਲ ਰਕਮ ਹੈਗੀ ਆ 17.56। 5 ਜਿਹੜਾ 10ਵੇਂ ਸਥਾਨ 'ਤੇ ਆ, ਦਹਾਈ ਦੇ ਸਥਾਨ 'ਤੇ ਨਹੀਂ, ਦਹਾਈ ਇੱਧਰ ਨੂੰ ਹੁੰਦੀ ਆ, ਇੱਧਰ ਇਹਦੇ 10ਵੇਂ ਮਤਲਬ ਹਿੱਸੇ ਬਣ ਜਾਂਦੇ ਆ, ਠੀਕ ਹੈ ਨਾ, 10ਵੇਂ ਸਥਾਨ 'ਤੇ ਆ,
ਇਹ ਅੱਗੇ 100ਵੇਂ ਸਥਾਨ 'ਤੇ, ਤੋਂ ਅੱਗੇ ਕੋਈ ਹੋਊਗਾ 1000ਵੇਂ ਸਥਾਨ 'ਤੇ ਹੋਏਗਾ, ਠੀਕ ਹੈ ਨਾ। ਹੁਣ ਇੱਥੇ ਇਹਦੀ ਪਲੇਸ ਵੈਲਿਊ ਕਿੰਨੀ ਹੈ, ਇਸ ਜਗ੍ਹਾ 'ਤੇ ਇਹਦੀ ਵੈਲਿਊ ਕਿੰਨੀ ਹੈ, ਇਹਦੀ ਵੈਲਿਊ ਕਿੰਨੀ ਹੋਣੀ ਆ, 5/10, ਠੀਕ ਹੈ। ਇਹਨੂੰ ਅਸੀਂ ਜੇ ਸ਼ਬਦਾਂ 'ਚ ਲਿਖਣਾ ਹੋਵੇ ਤਾਂ ਅਸੀਂ ਲਿਖਾਂਗੇ ਫਾਈਵ ਟੈਂਥਸ, ਠੀਕ ਹੈ, ਜਾਂ ਪੰਜਾਬੀ 'ਚ ਲਿਖਾਂਗੇ ਤਾਂ 5/10। ਇਹਨਾਂ 'ਚੋਂ ਤੁਸੀਂ ਕਿਸੇ ਰੂਪ ਵਿੱਚ ਵੀ ਲਿਖ ਸਕਦੇ ਹੋ, ਠੀਕ ਹੈ, ਗਲਤ ਨਹੀਂ ਹੋਏਗਾ। ਨੈਕਸਟ ਦੇਖੋ ਸਾਡੇ ਕੋਲ 1.253 ਹੈ, ਠੀਕ ਹੈ। ਇਹਦੇ ਵਿੱਚ 5 ਜਿਹੜਾ ਦੇਖੋ 10ਵੇਂ ਤੋਂ ਬਾਅਦ 100ਵੇਂ ਸਥਾਨ 'ਤੇ ਆ, ਤਾਂ ਅਸੀਂ ਇੱਥੇ ਕੀ ਕਰਾਂਗੇ, 5 ਦਾ ਸਥਾਨਕ ਮੁੱਲ ਕਿੰਨਾ ਹੋਏਗਾ, 5, ਕੀ ਆਏਗੀ ਸਾਡੇ ਕੋਲ 5/100, ਜਾਂ ਅਸੀਂ ਕੀ ਲਿਖਾਂਗੇ 500। ਜਾਂ ਪੰਜਾਬੀ 'ਚ ਲਿਖਾਂਗੇ 500ਵੇਂ। ਤੁਹਾਨੂੰ ਜਿਹੜਾ ਸੌਖਾ ਲੱਗਦਾ ਤੁਸੀਂ ਇੱਦਾਂ ਲਿਖਣਾ ਤਾਂ ਇੱਦਾਂ ਲਿਖ ਲਓ, ਇੱਦਾਂ ਇੰਗਲਿਸ਼ 'ਚ ਲਿਖਣਾ ਇੱਦਾਂ ਲਿਖ ਲਓ, ਪੰਜਾਬੀ 'ਚ ਇੱਦਾਂ ਲਿਖਣਾ ਇੱਦਾਂ, ਠੀਕ ਹੈ। 100ਵੇਂ ਇੱਥੇ ਬਿੰਦੀ ਲੱਗਣੀ, ਠੀਕ। ਨੈਕਸਟ ਸਾਡਾ ਦੇਖੋ 10.25 ਹੈ, ਇਹਦੇ ਵਿੱਚ ਵੀ 5 ਕਿੰਨਵੀਂ ਜਗ੍ਹਾ 'ਤੇ ਆ, 10 ਤੋਂ ਬਾਅਦ 100ਵੀਂ ਜਗ੍ਹਾ 'ਤੇ ਆ, ਸੇਮ ਜਿਹੜਾ ਇੱਥੇ ਆਉਣਾ ਜਿੱਦਾਂ ਇਹ ਲਿਖਿਆ ਉਸੇ ਤਰ੍ਹਾਂ ਹੀ ਇਹਦਾ ਹੋ ਜਾਣਾ ਕਿ 5 ਜਿਹੜਾ 100ਵੇਂ ਸਥਾਨ 'ਤੇ ਆ। ਇੱਥੇ ਦੇਖੋ ਫੋਰਥ ਪਾਰਟ ਦੇ ਵਿੱਚ ਸਾਡੇ ਕੋਲ ਹੈਗਾ 5.62। ਹੁਣ ਅਸੀਂ ਇਹਨੂੰ 5 ਪੜ੍ਹਿਆ ਕਿਉਂਕਿ ਇਹ ਲੈਫਟ ਹੈਂਡ ਸਾਈਡ 'ਤੇ ਆ, ਲੈਫਟ ਹੈਂਡ ਸਾਈਡ 'ਤੇ ਸਾਡੇ ਕੋਲ ਪੂਰਨ ਅੰਕ ਹੁੰਦੇ ਆ, ਅਤੇ 5 ਦੀ ਵੈਲਿਊ ਇੱਥੇ 5 ਹੀ ਹੈ, ਠੀਕ ਹੈ। 5 ਦਾ ਸਥਾਨਕ ਮੁੱਲ, ਪਲੇਸ ਵੈਲਿਊ ਆਫ 5, ਕੀ ਆਏਗੀ, ਇਜ ਇਕਵਲ ਟੂ 5, ਠੀਕ ਹੈ। 5 ਦੀ ਸਥਾਨਕ ਮੁੱਲ ਜਿਹੜਾ 5 ਹੀ ਹੋਣਾ ਕਿਉਂਕਿ ਇਕਾਈ ਦੀ ਜਗ੍ਹਾ 'ਤੇ ਆ, ਇਕਾਈ 'ਤੇ ਅਸੀਂ 1 ਨਾਲ ਗੁਣਾ ਕਰਦੇ ਹਾਂ, ਇਕਾਈ ਹੈ ਤਾਂ ਅਸੀਂ 1 ਨਾਲ ਗੁਣਾ ਕਰਨੀ, ਅਤੇ ਸਾਡੇ ਕੋਲ ਇਹਦੀ ਪਲੇਸ ਵੈਲਿਊ 19 ਦੀ 19 ਆ ਜਾਣੀ, ਠੀਕ ਹੈ। ਇਹ ਸਾਡੇ ਹੁਣ 3 ਕੁਸਚਨ ਹੋ ਗਏ, ਅਗਲੇ ਕੁਸਚਨ ਕਰਨ ਲਈ ਅਸੀਂ ਫਿਰ ਅਗਲੀ ਵੀਡੀਓ 'ਚ ਮਿਲਦੇ ਹਾਂ। ਬਾਏ ਬਾਏ।